हाँ जी, सत श्रीकाल जी। अज आपां चलदे हां दो किड्डी ते पंज किड्डी दोनों पिंडां दे विचकार एक गऊशाला बन रही है। आपां ओह देखदे हां जाके वी किन्ना क काम इहदा हो गया ते किन्ना काम बाकी है। इह जिहड़ी दोनों पिंडां दे विचकार बन रही है, इधरले पासे आपां देख सकदे हां पंज किड्डी पिंड है। आ रोड जिहड़ी आ रही है 297 बस स्टैंड तों रोड आ रही है, आ इहनूं पंज किड्डी पिंड है ते इस पासे दो किड्डी पिंड है जिहनूं आपां कौडीबंद कहिंदे हां। ਅਤੇ ਆਹ ਬਿਲਕੁਲ ਦੋਨਾਂ ਪਿੰਡਾਂ ਦੇ ਸੈਂਟਰ ਦੇ ਵਿੱਚ ਬਣੀ ਹੋਈ, ਦੋਨਾਂ ਪਿੰਡਾਂ ਦੀ ਹੱਦ ਦੇ ਉੱਤੇ ਬਣੀ ਹੋਈ ਹੈ ਗਊਸ਼ਾਲਾ। ਆਪਾਂ ਚੱਲਦੇ ਅੰਦਰ ਚੱਲ ਕੇ ਦੇਖਦੇ ਹਾਂ ਕਿੰਨਾ ਕੰਮ ਇਹਦਾ ਹੋ ਗਿਆ। ਲਓ ਜੀ, ਕੰਮ ਚੱਲ ਰਿਹਾ ਫਿਲਹਾਲ ਗਊਸ਼ਾਲਾ ਦੇ ਵਿੱਚ, ਮਿਸਤਰੀ ਲੱਗੇ ਹੋਏ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਮਿਸਤਰੀ ਜੀ। ਆ ਪਾਣੀ ਵਾਸਤੇ ਬਣ ਰਹੀ, ਲਓ ਜੀ ਆਹ ਜਿਹੜੀ ਇੱਧਰ ਟੈਂਕੀ ਬਣ ਰਹੀ ਹੈ, ਖੇਡ ਬਣ ਰਹੀ ਹੈ, ਪਾਣੀ ਵਾਸਤੇ ਬਣ ਰਹੀ ਹੈ। ਆਹ ਗਊਸ਼ਾਲਾ ਦੇ ਤਿੰਨ ਅਪਾਰਟਮੈਂਟ ਬਣਾਏ ਹੋਏ, ਤਿੰਨ ਭਾਗ ਬਣੇ ਹੋਏ ਹੈ। ਆਪਾਂ ਦੇਖ ਸਕਦੇ ਹਾਂ ਸ਼ੈੱਡ ਲੱਗੇ ਹੋਏ, ਸ਼ੈੱਡ ਹੁਣੀ ਲੱਗ ਗਏ ਹੈ। ਤਿੰਨ ਪਾਰਟ ਬਣੇ ਹੋਏ ਹੈ, ਯਾਨੀ ਇੱਕ ਪਾਸੇ ਗਾਈਆਂ ਰੱਖੀਆਂ ਜਾਣਗੀਆਂ ਅਤੇ ਇੱਕ ਸਾਈਡ ਦੇ ਵਿੱਚ ਛੋਟੇ ਬੱਚੇ ਅਤੇ ਇੱਕ ਪਾਸੇ ਗੋਧੇ ਜਾਂ ਜਿਹਨੂੰ ਆਪਾਂ ਨੰਦੀ ਕਹਿ ਸਕਦੇ ਹਾਂ। ਤੂੜੀ ਦਾ ਸਟੋਕ ਜ਼ਿਮੀਂਦਾਰਾਂ ਵੱਲੋਂ ਕੀਤਾ ਗਿਆ ਹੈ। ਫਿਲਹਾਲ ਗਊਸ਼ਾਲਾ ਦਾ ਕੰਮ ਚੱਲ ਰਿਹਾ। ਆਹ ਚਾਰੇ ਚੂਰੇ ਪਾਉਣ ਵਾਸਤੇ ਥਾਣ ਬਣੇ ਹੋਏ ਆ, ਜਿਹਨੂੰ ਆਪਾਂ ਖੁਰਨੀਆਂ ਕਹਿ ਸਕਦੇ ਹਾਂ। ਲਓ ਜੀ, ਇਸ ਪਾਸੇ ਆਪਾਂ ਦੇਖ ਸਕਦੇ ਹਾਂ ਚਾਰਾ, ਪੂਰੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ, ਪੂਰੀ ਪੰਚਾਇਤ ਦੇ ਸਹਿਯੋਗ ਨਾਲ ਇਸ ਗਊਸ਼ਾਲਾ ਦਾ ਨਿਰਮਾਣ ਕੀਤਾ ਗਿਆ। ਆ ਚਾਰਾ ਹੈ ਰੱਖਿਆ ਹੋਇਆ, ਤੂੜੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਟੋਕ ਕਰਕੇ ਰੱਖੀ ਹੋਈ ਹੈ। ਲਗਭਗ ਥੋੜ੍ਹੇ ਦਿਨਾਂ ਦੇ ਵਿੱਚ ਇੱਥੇ ਪਸ਼ੂਆਂ ਨੂੰ ਸ਼ਿਫਟ ਕਰ ਦਿੱਤਾ ਜਾਊਗਾ। ਫਿਲਹਾਲ ਜਿਹੜੀ ਅਸਥਾਈ ਰੂਪ ਨਾਲ ਅਸਥਾਈ ਤੌਰ 'ਤੇ ਜਿਹੜੀ ਗਊਸ਼ਾਲਾ ਬਣੀ ਹੈ, ਪੰਜ ਕਿੱਡੀ ਵਾਟਰ ਵਰਕਸ ਜਾਂ ਛੱਪੜ ਦੇ ਕੋਲ ਬਣੀ ਹੋਈ ਹੈ। ਥੋੜ੍ਹੇ ਦਿਨਾਂ ਬਾਅਦ ਜਦੋਂ ਇਸ ਦਾ ਕੰਮ ਪੂਰਾ ਹੋ ਗਿਆ ਤਾਂ ਸਾਰੇ ਪਸ਼ੂਆਂ ਨੂੰ ਇੱਥੇ ਸ਼ਿਫਟ ਕਰ ਦਿੱਤਾ ਜਾਊਗਾ। ਆਹ ਜੀ, ਫਿਲਹਾਲ ਇਹਦਾ ਕੰਮ ਚੱਲ ਰਿਹਾ ਹੈਗਾ। ਪਾਣੀ ਵਾਸਤੇ ਇੱਕ ਡਿੱਗੀ ਵੀ ਬਣਾਈ ਹੈ ਬਹੁਤ ਵੱਡੀ, ਆਹ ਸਾਹਮਣੇ ਆਪਾਂ ਦੇਖ ਸਕਦੇ ਹਾਂ ਆਹ ਡਿੱਗੀ ਬਣੀ ਹੋਈ ਹੈ। ਆਪਾਂ ਦੇਖ ਸਕਦੇ ਹਾਂ ਇਸ ਅਪਾਰਟਮੈਂਟ ਦੇ ਵਿੱਚ ਵੀ ਪਾਣੀ ਵਾਲੀ ਟੈਂਕੀ ਬਣੀ ਹੈ। ਇੱਧਰ ਚਾਰੇ ਵਾਸਤੇ ਥਾਣ ਬਣੇ ਹੋਏ, ਖੁਰਨੀਆਂ ਬਣੀਆਂ, ਮਿਸਤਰੀ ਸਾਹਿਬ ਲੱਗੇ ਹੋਏ ਹੈ, ਬਹੁਤ ਵੱਡੀ ਸੇਵਾ ਹੈ। ਜਗ੍ਹਾ ਬਹੁਤ ਹੈ ਗਊਸ਼ਾਲਾ ਕੋਲ, ਆਪਾਂ ਦੇਖ ਸਕਦੇ ਹਾਂ ਕਾਫੀ ਲੰਬੀ ਚੌੜੀ ਜਗ੍ਹਾ ਹੈ। ਆ ਇੱਧਰਲੇ ਪਾਸੇ ਇੱਕ ਰੂਮ ਬਣ ਰਿਹਾ, ਕੋਈ ਵੀ ਅਗਰ ਸੇਵਾਦਾਰ, ਮੰਨ ਲਓ ਇੱਕ ਸੇਵਾਦਾਰ ਰੱਖਿਆ ਜਾਊਗਾ ਜਾਂ ਦੋ ਸੇਵਾਦਾਰ ਰਹਿਣਗੇ ਤਾਂ ਉਹਨਾਂ ਵਾਸਤੇ ਸਪੈਸ਼ਲ ਰੂਮ ਬਣ ਰਿਹਾ, ਜਾਂ ਕੋਈ ਇੱਥੇ ਦਾਣਾ ਜਾਂ ਕੋਈ ਵੀ ਚੀਜ਼ ਇੱਥੇ ਸਟੋਕ ਕਰਕੇ ਰੱਖਣ ਵਾਸਤੇ ਆਹ ਕਮਰਾ ਬਣ ਰਿਹਾ ਹੈਗਾ, ਸੇਵਾਦਾਰ ਰਹਿ ਸਕਦਾ ਇਹਦੇ ਵਿੱਚ। ਆਪਣੇ ਨਾਲ ਮਿਸਟਰ ਇਕਬਾਲ ਸਿੰਘ ਪਹੁੰਚੇ ਹੈ। ਆਹ ਜਿਹੜੀ ਆਪਾਂ ਜਗ੍ਹਾ ਦੇਖ ਸਕਦੇ ਹਾਂ ਬਿਲਕੁਲ ਟਿੱਬਿਆਂ ਦੇ ਵਿਚਾਲੇ ਸੀਗੀ, ਪੂਰੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਟਰੈਕਟਰਾਂ ਦੇ ਨਾਲ ਕਿਰਾਏ ਲਾ ਕੇ ਆ ਜਗ੍ਹਾ ਨੂੰ ਪਲੇਨ ਕੀਤਾ ਗਿਆ ਸੀਗਾ। ਉਦੋਂ ਬਾਅਦ ਇੱਥੇ ਗਊਸ਼ਾਲਾ ਦੀ ਨੀਂਹ ਰੱਖੀ ਗਈ ਸੀਗੀ। ਆਹ ਛਾਂ ਵਾਸਤੇ ਕਿੱਕਰ ਵੀ ਹੈਗੀ ਹੈ, ਦਰਖਤ ਹੋਰ ਵੀ ਹੈ, ਖਰ ਹੋਰ ਦਰਖਤ ਵੀ ਲਾਏ ਜਾਣਗੇ ਪਰ ਫਿਲਹਾਲ ਦਰਖਤ ਥੋੜ੍ਹੇ ਹੈ। ਜਿਸ ਤਰ੍ਹਾਂ ਇੱਥੇ
पशु शिफ्ट कर दिए जाएंगे उस हिसाब नाल इत्थे दरखत होर लाए जाएंगे। आप देख सकते हैं बहुत वड्डी डिग्गी पंचायत दे सहयोग नाल लाए बनाई गई है। इत्थे पानी आप देख सकते हैं फुल डिग्गी फिलहाल लोकेशन भी आप कह सकते हैं बहुत सोहनी लोकेशन है दोनों पिंडां दी सरहद च दोनों पिंडां दी जिथे हद खत्म हुंदी है उत्थे गौशाला बनी हुई है। एक पासे दो केडी जिन्हों कौडी बंद कहिंदे आ ते एक पासे पंज केडी पिंड है ते 297 बस स्टैंड तो 2 किलोमीटर की दूरी ते गौशाला का निर्माण हो रहा है।